ਭਾਈ ਨੰਦ ਲਾਲ ਜੀ ਜਿਨ੍ਹਾਂ ਦੀਆਂ ਗਜ਼ਲਾਂ ਦਾ ਗਾਇਨ ਅੱਜ ਵੀ ਸ੍ਰੀ ਹਰਿਮੰਦਰ ਸਾਹਿਬ 'ਚ ਹੋ ਰਿਹਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਬੈਠੇ ਨੇ, ਬਾਹਰ ਜੰਗ ਦਾ ਮੈਦਾਨ ਭਖਿਆ ਅਤੇ ਕਲਮ ਚਲਾਉਣ ਵਾਲਾ ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਬੇਨਤੀ ਕਰ ਰਿਹਾ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਨੰਦ ਲਾਲ ਜੀ ਰਾਹੀਂ ਤੁਹਾਡੇ ਸਾਰਿਆਂ 'ਤੇ ਬਖਸ਼ਿਸ਼ਾਂ ਕਰ ਰਹੇ ਨੇ, ਦਰਸ਼ਨ ਕਰਿਓ। ਇੱਕ ਦਿਨ ਗੁਰਾਂ ਨੂੰ ਕਿਹਾ ਨੰਦ ਲਾਲ ਜੀ ਨੇ, ਆ ਮੇਰਾ ਤੇਗ ਚਲਾਉਣ ਨੂੰ ਜੀ ਕਰਦਾ, ਕਲਮ ਦੀ ਥਾਂ 'ਤੇ ਤੇਗ। ਇੱਕ ਦਿਨ ਗੁਰਾਂ ਨੂੰ ਕਿਹਾ ਨੰਦ ਲਾਲ ਜੀ ਨੇ, ਆ ਮੇਰਾ ਤੇਗ ਚਲਾਉਣ ਨੂੰ ਜੀ ਕਰਦਾ, ਦੁਸ਼ਮਣ ਦਲਾਂ ਦੇ ਕਰਕੇ ਦੰਦ ਖੱਟੇ, ਦਿਨੇ ਤਾਰੇ ਵਿਖਾਉਣ ਨੂੰ ਜੀ ਕਰਦਾ, ਹੱਥ ਵਿੱਚ ਕਲਮ ਦੀ ਥਾਂ ਹੁਣ ਤੇਗ ਫੜ ਕੇ ਭੜਥੂ ਜੰਗ ਵਿੱਚ ਪਾਉਣ ਨੂੰ ਜੀ ਕਰਦਾ, ਉਹ ਖਾਤਰ ਧਰਮ ਦੀ ਹੋਵਾਂ ਕੁਰਬਾਨ, ਮੈਂ ਵੀ ਆਪਾਂ ਘੋਲ ਘੁਮਾਉਣ ਨੂੰ ਜੀ ਕਰਦਾ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਤੁਹਾਡੇ ਸਾਰਿਆਂ 'ਤੇ ਬਖਸ਼ਣਾ ਸਾਰ ਗੁਰਮੀਤ ਸਿੰਘ ਜੀ, ਡਾਕਟਰ ਸਰਬਜੀਤ ਸਿੰਘ ਜੀ, ਉਹ ਲਾ ਕੇ ਸੀਨੇ ਨਾਲ ਪਾਤਸ਼ਾਹ ਕਹਿਣ ਲੱਗੇ, ਲਾ ਕੇ ਸੀਨੇ ਨਾਲ ਪਾਤਸ਼ਾਹ ਕਹਿਣ ਲੱਗੇ, ਤੇਰੇ ਉੱਤੋਂ ਮੈਂ ਜਾਵਾਂ ਬਲਿਹਾਰ ਚੰਨਾ। ਲਾ ਕੇ ਸੀਨੇ ਨਾਲ ਪਾਤਸ਼ਾਹ ਕਹਿਣ ਲੱਗੇ, ਤੇਰੇ ਉੱਤੋਂ ਮੈਂ ਜਾਵਾਂ ਬਲਿਹਾਰ ਚੰਨਾ, ਉਹ ਮੁਰਦਾ ਰੂਹਾਂ 'ਚ ਪਾਉਂਦੀ ਹੈ ਜਾਨ ਜਿਹੜੀ, ਤੇਰੀ ਕਲਮ ਦਾ ਕਰਦਾ ਸਤਿਕਾਰ ਚੰਨਾ, ਮੁਰਦਾ ਰੂਹਾਂ 'ਚ ਪਾਉਂਦੀ ਹੈ ਜਾਨ ਜਿਹੜੀ, ਤੇਰੀ ਕਲਮ ਦਾ ਕਰਦਾ ਸਤਿਕਾਰ ਚੰਨਾ। ਤੇਜ ਤਿੱਖੀ ਕੋਈ ਤੇਗ ਦੀ ਧਾਰ ਨਾਲੋਂ ਤਿੱਖੀ ਹੁੰਦੀ ਹੈ ਕਲਮ ਦੀ ਧਾਰ ਚੰਨਾ, ਓਏ ਤਖਤੋ ਤਾਜ ਪਲਟਾ ਕੇ ਰੱਖ ਦਿੰਦੀ, ਐਸੀ ਹੁੰਦੀ ਹੈ ਕਲਮ ਦੀ ਮਾਰ ਚੰਨਾ, ਤਖਤੋ ਤਾਜ ਪਲਟਾ ਕੇ ਰੱਖ ਦਿੰਦੀ, ਐਸੀ ਹੁੰਦੀ ਹੈ ਕਲਮ ਦੀ ਮਾਰ ਚੰਨਾ। ਤੋ ਕਲਮਾਂ ਵਾਲਿਓ, ਅੱਜ ਆਪਣੀਆਂ ਕਲਮਾਂ ਦੇ ਜੌਹਰ ਦਿਖਾਓ।